ਸਿੰਘੂ ਤੋਂ ਚੱਲੇ ਸੀ ਪੰਜਾਬ ਪਹੁੰਚ ਗਏ ਆ ਕਿਸਾਨਾਂ ਦਾ ਕਾਫਲਾ ਲਗਾਤਾਰ ਅੱਗੇ ਵਧ ਰਿਹਾ ਹੈ ਸ਼ੰਭੂ ਬੈਰੀਅਰ ਤੇ ਆ ਹਰਿਆਣਾ ਪੰਜਾਬ ਦੇ ਸਰਹੱਦ ਤੇ ਆ ਮਾਹੌਲ ਦੇਖੋ ਜਸ਼ਨ ਦੇਖੋ ਰੰਗ ਦੇਖੋ ਰਾਤ ਦੇ ਸਮੇਂ ਦੇ ਵਿੱਚ ਹੱਥ ਵਿੱਚ ਬਿਸ਼ੱਕ ਦੀ ਵਿਸਾਖੀ ਆ ਹੋ ਸਕਦਾ ਸਰੀਰ ਨੂੰ ਕੋਈ ਦਿੱਕਤ ਹੋਵੇ ਲੇਕਿਨ ਹੌਸਲਾ ਐਡਾ ਹੈ ਕਿ ਅੱਜ ਭੰਗੜਾ ਪਾ ਕੇ ਖੁਸ਼ੀ ਮਨਾਉਣੀ ਹੈ ਕਿੰਨਾ ਕੁ ਚਾਅ ਕਿੰਨੀ ਕੁ ਖੁਸ਼ੀ ਲੋ ਬਹੁਤ ਖੁਸ਼ੀ ਹੈ ਤੜਕ ਰਿਹਾ ਪੂਰਾ ਹਾਂ ਕੀ ਕਹਿਣਾ ਚਾਹੁੰਦੇ ਹੋ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਹਰਿਆਣਾ ਯੂਪੀ ਏਕਤਾ ਜਿੰਦਾਬਾਦ ਏਕਤਾ ਬਣੀ ਰਹਿਣੀ ਚਾਹੀਦੀ ਹਾਂਜੀ ਏਕਤਾ ਬਣੀ ਰਹਿਣੀ ਚਾਹੀਦੀ ਹੈ ਪੰਜਾਬ ਦੇ ਕਿਸਾਨ ਹਰਿਆਣੇ ਦੇ ਕਿਸਾਨ ਯੂਪੀ ਦੇ ਕਿਸਾਨ ਰਾਜਸਥਾਨ ਦੇ ਕਿਸਾਨ ਆਲ ਓਵਰ ਇੰਡੀਆ ਜਿੰਦਾਬਾਦ ਰੇ ਆਇਓ ਜਿੰਦਾਬਾਦ ਰਹੂਗੀ ਮੁੱਠੀ ਬਣ ਗਈ ਜਦੋਂ ਮੁੱਠੀ ਖੁੱਲੂਗੀ ਨਹੀਂ ਕੀ ਬਾਤ ਹੈ ਮੁੱਠੀ ਬਣ ਗਈ ਢੋਲ ਦੀ ਥਾਪ ਤੇ ਭੰਗੜੇ ਪੈ ਰਹੇ ਨੇ ਮੈਂ ਆਪਣਾ ਕੈਮਰਾਮੈਨ ਜੱਸੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਇਹਨਾਂ ਤਸਵੀਰਾਂ ਨੂੰ ਤੁਹਾਡੇ ਤੱਕ ਪਹੁੰਚਾਵੇ ਕਿ ਜਿਵੇਂ ਹੀ ਪੰਜਾਬ ਪਹੁੰਚਦੇ ਨੇ ਕਿਸਾਨ ਤਾਂ ਕਿਸ ਤਰੀਕੇ ਦੇ ਨਾਲ ਭੰਗੜਾ ਪਾ ਰਹੇ ਨੇ ਇਹ ਤਸਵੀਰਾਂ ਬੇਹੱਦ ਇਤਿਹਾਸਿਕ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬੜੀ ਲੰਬੀ ਲੜਾਈ ਹੈ ਤੇ ਜਿਵੇਂ ਹੀ ਪੰਜਾਬ ਪਹੁੰਚਦੇ ਹੋ ਨੱਚ ਨੱਚ ਕੇ ਧੂਣਾ ਠਾ ਰੱਖੀਆਂ ਬਿਲਕੁਲ ਬਾਈ ਜੀ ਬਹੁਤ ਜ਼ਿਆਦਾ ਅੱਜ ਬਹੁਤ ਅਸੀਂ ਤਾਂ ਅਸੀਂ ਨੂੰ ਅੱਜ ਫਤਿਹ ਦਿਵਸ ਦੇ ਨਾਂ ਤੇ ਯਾਦ ਕਰਿਆ ਜਾਊਗਾ ਜੀ ਇਸ ਦਿਨ ਨੂੰ ਕਿਉਂਕਿ ਅੱਜ ਦੇ ਦਿਨ ਸਾਡੇ ਜਿਹੜੇ ਸੰਘਰਸ਼ੀ ਯੋਧੇ ਸੀਗੇ ਉਹ ਇੱਕ ਸਾਲ ਤੋਂ ਉੱਪਰ ਲੰਬੀ ਲੜਾਈ ਲੜ ਕੇ ਕਹਿੰਦੇ ਨੇ ਵੀ ਜਦੋਂ ਕਹਿੰਦੇ ਸੀ ਵੀ ਦਿਵਾਲੀ ਵਾਲੇ ਦਿਨ ਦੀਪਮਾਲਾ ਕਦੋਂ ਹੋਈ ਸੀਗੀ ਜਦੋਂ ਰਾਮਚੰਦਰ ਜੀ ਅਯੋਧਿਆ ਜਿੱਤ ਕੇ ਆਏ ਸੀਗੇ ਠੀਕ ਹੈ ਸਾਡੇ ਵਾਸਤੇ ਤਾਂ ਇਹ ਉਹੀ ਹੈਗਾ ਠੀਕ ਹੈ ਨਾ ਅਤੇ ਅੱਜ ਦੀਵਾਲੀ ਹੈ ਸਾਡੇ ਵਾਸਤੇ ਕਿਸਾਨਾਂ ਵਾਸਤੇ ਜਾਂ ਪੰਜਾਬ ਵਾਸਤੇ ਹਰਿਆਣਾ ਵਾਸਤੇ ਜਾਂ ਜਿੰਨੇ ਵੀ ਜਿਹੜੇ ਸਟੇਟਾਂ ਸੀਗੀਆਂ ਸਾਰੀਆਂ ਬਹੁਤ ਖੁਸ਼ੀ ਹੈ ਜੀ ਅਤੇ ਅੱਜ ਅਸੀਂ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦੇ ਵੀ ਅੱਜ ਦੀਪਮਾਲਾ ਕਰੀ ਜਾਵੇ ਪੰਜਾਬ ਕਿਸਾਨ ਮਜ਼ਦੂਰ ਏਕਤਾ ਏਕਾ ਏਕਾ ਰਹੂਗਾ ਕਿਸਾਨ ਮਜ਼ਦੂਰ ਹਾਂ ਸਾਡਾ ਏਕਾ ਰਹੂਗਾ ਪੂਰਾ ਏਕਾ ਜ਼ਿੰਦਾਬਾਦ ਹੈ ਅਪੀਲ ਅਪੀਲ ਕੀਤੀ ਜਾ ਰਹੀ ਹੈ ਕਿ ਦੀਪਮਾਲਾ ਕੀਤੀ ਜਾਵੇ ਮਗਰ ਨੌਜਵਾਨ ਖੜੇ ਆ ਕੀ ਕਹਿਣਾ ਚਾਹੁੰਦੇ ਹੋ ਬਾਈ ਨੱਚ ਕੇ ਖੁਸ਼ੀ ਮਨਾ ਰਹੇ ਹੋ ਇਸ ਦਿਨ ਨੂੰ ਤਰਸ ਰਹੇ ਸੀ ਅੱਜ ਦਿਨ ਆਇਆ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਇੱਕ ਇਨਸਾਨੀਅਤ ਦੀ ਜਿੱਤ ਹੋਈ ਹੈ ਸਾਡੀ ਸਾਰਿਆਂ ਦੀ ਜਿੱਤ ਹੈ ਕਿਸਾਨਾਂ ਦੀ ਜਿੱਤ ਹੈ ਜੋ ਕਿ ਇੱਕ ਸਾਂਝੀ ਜਿੱਤ ਹੈ ਕਿਸੇ ਇੱਕ ਬੰਦੇ ਨੂੰ ਨਹੀਂ ਹਰਿਆਣਾ ਪੰਜਾਬ ਸਭ ਭਾਈਚਾਰੇ ਦੀ ਜਿੱਤ ਹੋਈ ਹੈ ਸਭ ਭਾਈਚਾਰੇ ਜਿੱਤ ਹੋਈ ਅਤੇ ਭਾਈਚਾਰਾ ਇਸੇ ਤਰੀਕੇ ਬਣਿਆ ਰਹਿਣਾ ਚਾਹੀਦਾ ਇੱਕ ਵਾਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਸਵਾਗਤ ਜਿਹੜਾ ਕੀਤਾ ਜਾ ਰਿਹਾ ਉਹਦੀਆਂ ਤਸਵੀਰਾਂ ਦਿਖਾਈਆਂ ਜਾਣ ਹਾਲਾਂਕਿ ਜਾਮ ਬਹੁਤ ਵੱਡਾ ਲੱਗ ਚੁੱਕਿਆ ਆ ਇਹ ਸ਼ੰਭੂ ਬੈਰੀਅਰ ਹੈ ਇੱਥੇ ਸੜਕਾਂ ਜਾਮ ਕੀਤੀਆਂ ਗਈਆਂ ਕਿਸਾਨਾਂ ਵੱਲੋਂ ਇੱਥੇ ਆਵਾਜ਼ ਬੁਲੰਦ ਕੀਤੀ ਗਈ ਇੱਥੇ ਰੈਲੀਆਂ ਕੀਤੀਆਂ ਜਾਂਦੀਆਂ ਅਤੇ ਇਕੱਠ ਕੀਤਾ ਜਾਂਦਾ ਆ ਪਰ ਅੱਜ ਦਾ ਇਹ ਇਕੱਠ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦਾ ਨਹੀਂ ਅੱਛਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਜਿੱਤ ਹੋਈ ਹੈ ਜਿੰਦਾਬਾਦ ਸੋ ਜਿੱਤ ਹੋਈ ਆ ਕਹਿੰਦੇ ਅਸੀਂ ਬਹੁਤ ਖੁਸ਼ ਹਾਂ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਖੁਸ਼ੀ ਨੂੰ ਕਿ ਅੱਜ ਜਿੱਤ ਹੋਈ ਆ ਜੀ ਮਹਾਰਾਜ ਜੀ ਬਾਬਿਆਂ ਦੀ ਕਿਰਪਾ ਸਾਰਿਆਂ ਦੀ ਸਤਿਗੁਰ ਦੀ ਬਣੀ ਜਾਵੇ ਸਾਰਿਆਂ ਤੇ ਤਸਵੀਰਾਂ ਬੇਹੱਦ ਅਹਿਮ ਨੇ ਕਿ ਪੰਜਾਬ ਦੀ ਧਰਤੀ ਤੇ ਦਾਖਲ ਹੋ ਚੁੱਕੇ ਆ ਸ਼ੰਭੂ ਬੈਰੀਅਰ ਤੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਵੱਡੀ ਗੱਲ ਹੈ ਕਿ ਇੱਥੇ ਪੰਜਾਬੀ ਗਾਇਕ ਰੇਸ਼ਮ ਅਨਮੋਲ ਵੱਲੋਂ ਅਖਾੜਾ ਲਾਇਆ ਗਿਆ ਸਵਾਗਤ ਦੇ ਲਈ ਇੱਥੋਂ ਦੇ ਕਿਸਾਨਾਂ ਦੀ ਜਿੱਤ ਦੇ ਲਈ ਤੇ ਕਿਸਾਨ ਕਹਿ ਰਹੇ ਨੇ ਕਿ ਸਾਡਾ ਇਹ ਫਤਿਹ ਦਿਵਸ ਹੈ ਹਾਲਾਂਕਿ ਨਾਲ ਕੁਝ ਲੋਕ ਆ ਰਹੇ ਨੇ ਨਾ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਹੋ ਜੀ ਕਿਤੋਂ ਕੰਮ ਤੋਂ ਆ ਰਹੇ ਹੋ ਨਹੀਂ ਮੈਂ ਦਿੱਲੀ ਸੇ ਘਰ ਜਾ ਰਹੀ ਹੂੰ ਆਪਣੇ ਹਾਂਜੀ ਮੈਂ ਮੰਮੀ ਡੈਡੀ ਕੇ ਪਾਸ ਗਈ ਸੀ ਦਿੱਲੀ ਘਰ ਜਾ ਰਹੇ ਹੂੰ ਅਬ ਮੈਂ ਆਪਣੇ ਘਰ ਜਾ ਰਹੀ ਹੂੰ ਅੱਛਾ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਨਹੀਂ ਨਹੀਂ ਇੰਜੋਏ ਕਰ ਰਹੇ ਹਾਂ ਇੰਜੋਏ ਕਰ ਰਹੇ ਹਾਂ ਹਾਂਜੀ ਇਹ ਇੰਜੋਏ ਕਰ ਰਹੇ ਨੇ ਤਕਲੀਫ ਨਹੀਂ ਹੈ ਇਹ ਸਾਰੇ ਇਸ ਵਕਤ ਕਿਸਾਨਾਂ ਦੇ ਨਾਲ ਜਿੱਤ ਵਿੱਚ ਸ਼ਾਮਿਲ ਹੋ ਚੁੱਕੇ ਨੇ ਆ ਜਾਓ ਆ ਜਾਓ ਦੁਬਾਰਾ ਮਾੜਾ ਜਿਹਾ ਦੁਬਾਰਾ ਆ ਜਾਓ ਦੁਬਾਰਾ ਬਹੁਤ ਬੜੀ ਖੁਸ਼ੀ ਆ ਸਾਨੂੰ ਬਈ ਸਾਡੇ ਵੀਰ ਵਾਪਸ ਆ ਰਹੇ ਆ ਜਿੰਦਾਬਾਦ ਜਿੰਦਾਬਾਦ ਕਿਸਾਨ ਜੂਨੀਅਰ ਜਿੰਦਾਬਾਦ ਜਿੰਦਾਬਾਦ
स्वागत किया जा रहा वापस आने। जित गए जी, जित गए, बल्ले बल्ले आई है, जिंदाबाद, जित के आए हैं। अच्छा जसी, ट्रालियां दिखाइया जान, ये ट्रालियां इस तरीके गई, इस तरीके जाल ला के ट्रालिया दे गए सी, तो उस तरीके वापस आ रही ने। अच्छा मोटरसाइकिल भी वेचा, मोटरसाइकिल तक नाल गए सी, ते पत्रकार भाईचारा इत्थे इकट्ठा हो गया, पत्रकार भाईचारा जुड़ चुकिया कर फिर जो लगातार कवरेज कर रहा है। भाई की कहना चाहते हो, अज वापस आ गए? बड़ी खुशी है जी, बहुत ज्यादा खुशी है जी, जित के आए हैं जी। करता सी मेला खेडन कितने जी करता जी, आए हैं जी, बड़ी खुशी है जी, जित के आए हो, ते नाल साजो समान नाल ही ले आए? नहीं, सारा नहीं लेंदा गया जी, नहीं पूरी तैयारी है, जे सरकार नहीं मन दसे तरीके अंदोलन किए जाएंगे। तुसी देख सकते हो कि लंगर दे भंडारे मतलब वड्डे वड्डे लगे हुए ने, लोगों के मूँह मिठे कराए जा रहे ने। वही जगह आ जिथे हैलीकॉप्टर के नाल, जिथे जहाज के नाल, हाई हवाई जहाज के नाल लोगों के फुलों की वर्खा की गई सी, ते हुण भी फुलों का मीह वरहाया जा रहा है। भाई जी की कहना चाहते हो? पहला तो मैं थोड़ा बहुत धन्यवाद करना चाहना, क्योंकि सोशल मीडिया से तुसी सानू जो खबर पहुंचाई ਉਹਦਾ ਅਸੀਂ ਰਿਣੀ ਆ ਤੁਹਾਡੇ 'ਤੇ, ਕਿਉਂਕਿ ਅਸੀਂ ਘਰ ਬੈਠੇ ਹੁੰਦੇ ਸੀ, ਆਫਿਸ ਦੀ ਜੋਬਾਂ ਨਹੀਂ ਕਰਦੇ ਸੀ, ਪਰ ਸਾਡਾ ਦਿਲ ਧਰਨੇ ਨਾਲ ਜੁੜਿਆ ਸੀ, ਬੜੇ ਇਤਰਾਅ ਚੜਾ ਹੋਏ। ਪਰ ਅੱਜ ਜਿੰਨੀ ਖੁਸ਼ੀ ਹੈ ਨਾ, ਅਸੀਂ ਦੱਸ ਨਹੀਂ ਸਕਦੇ। ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਤਾ ਵੀ ਮੋਰਚੇ ਕਿਵੇਂ ਜਿੱਤੇ ਜਾਂਦੇ ਨੇ, ਅਸੀਂ ਆਪਣੇ ਬੱਚਿਆਂ ਨੂੰ ਦੱਸਣ ਜੋਗੇ ਹੋ ਗਏ ਵੀ ਮੋਰਚੇ ਇੱਦਾਂ ਜਿੱਤੇ ਜਾਂਦੇ ਨੇ, ਡਿਸਿਪਲਨ ਦੇ ਨਾਲ, ਬਿਨਾਂ ਕਿਸੇ ਹਥਿਆਰ ਤੋਂ, ਬਿਨਾਂ ਰੌਲੇ ਰੱਪੇ ਤੋਂ ਬੈਠ ਕੇ ਕਿੱਦਾਂ ਜ਼ਾਲਮ ਸਰਕਾਰਾਂ ਝੁਕਦੀਆਂ ਨੇ। ਅੱਜ ਉਹੀ ਕਹਿੰਦੇ ਸੀ ਜਿਹੜੇ ਮੁਮਕਿਨ ਨਹੀਂ ਹੈ ਕਾਲੇ ਬਿੱਲ, ਉਹ ਚੁੱਪ ਕਰੀਆਂ ਆਪਣੇ ਖੁੱਡਾਂ 'ਚ ਬੜੀ ਬੈਠੇ ਨੇ। ਅਤੇ ਸਾਡੇ ਜਿਹੜੇ ਮਤਲਬ ਕਿਸਾਨ ਨੇਤਾ ਸੀ, ਕਹਿੰਦੇ ਸੀ ਅਨਪੜ੍ਹ ਨੇ, ਇਹ ਨੇ, ਉਹਨਾਂ ਨੇ ਦੱਸਤਾ ਵੀ ਇਹ ਕਾਨੂੰਨ ਕਿੱਦਾਂ ਵਾਪਸ ਹੁੰਦੇ ਨੇ। ਹਾਲੇ ਤਾਂ ਸ਼ੁਰੂਆਤ ਹੈ, ਇਹ ਜਿਹੜੇ ਸਿੱਖ ਯੋਧੇ ਨੇ ਨਾ, ਪੰਜਾਬੀ ਸਾਡਾ ਖੂਨ ਹੈ, ਜਿਹੜੇ ਕੋਈ ਭੁੱਲ ਗਏ ਸੀ ਥੋੜ੍ਹਾ ਟਾਈਮ ਲਈ ਵੀ ਅਸੀਂ ਆਪਣਾ ਮਤਲਬ ਇਤਿਹਾਸ ਭੁੱਲ ਗਏ ਸੀ, ਅਸਲ 'ਚ ਇਹ ਸਾਨੂੰ ਇਤਿਹਾਸ ਚੇਤੇ ਕਰਾਇਆ ਵੀ ਸਾਡੀ ਕੌਮ ਇਹੀ ਜੀ ਹੈ, ਜਿੱਥੇ ਕੋਈ ਨਹੀਂ ਨਾ ਖੜਦਾ ਸਿੱਖ ਕੌਮ ਖੜ ਜਾਂਦੀ ਹੈ। ਹਾਲੇ ਤਾਂ ਸ਼ੁਰੂਆਤਾਂ ਨੇ, ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਮੀਆਂ ਰਾਹਾਂ ਨੇ, ਸਤਿੰਦਰ ਤੋਂ ਸਰਤਾਜ ਦੀਆਂ ਇਹ 17 ਯਾਦ ਆ ਗਈਆਂ, ਢੁੱਕਦੀਆਂ ਨੇ ਕਿ ਇਹ ਸ਼ੁਰੂਆਤਾਂ ਨੇ, ਇਹ ਕ੍ਰਾਂਤੀ ਹੈ, ਇਨਕਲਾਬ ਸ਼ੁਰੂਆਤ ਹੈ, ਅਤੇ ਹਜੇ ਸਾਂਭਣ ਦੀ ਲੋੜ ਆ, ਹਜੇ ਹੋਰ ਅੱਗੇ ਲੈ ਕੇ ਜਾਣ ਦੀ ਲੋੜ ਆ। ਅੱਛਾ ਇੱਕ ਭੰਗੜੇ ਵਾਲੇ, ਇਹ ਕਿਤੋਂ ਬਾਈ, ਕਿੱਥੋਂ ਆਏ ਹੋ? ਕਿਸਾਨ ਅਸੀਂ ਬਹੁਤ ਹੀ ਵਧੀਆ ਨਜ਼ਰਾਂ ਨਾਲ ਦੇਖ ਰਹੇ ਹਾਂ, ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡੀ ਹਿੰਦੁਸਤਾਨ ਦੀ ਜਿੱਤ ਹੋਈ ਔਰ ਕਿਸਾਨ ਏਕਤਾ ਔਰ ਸਭ ਦੀ ਜਿੱਤ ਹੋਈ, ਆਪਣੇ ਪੂਰੇ ਹਿੰਦੁਸਤਾਨ ਦੀ ਹੋਈ ਹੈ। ਤੇ ਜੇ ਭੰਗੜਾ ਪਾਇਆ ਹੀ ਆ ਫਿਰ ਥੋੜ੍ਹਾ ਜਿਹਾ ਜਲਵਾ ਹੋ ਜੇ। ਨਹੀਂ ਭਾਅ ਜੀ, ਇਸ ਟਾਈਮ ਅਸੀਂ ਥੋੜ੍ਹਾ ਜਿਹਾ ਬਿਜ਼ੀ ਅਸੀਂ, ਕਿਉਂ ਦੂਜੇ ਨੈਕਸਟ ਫੰਕਸ਼ਨ 'ਤੇ ਪਹੁੰਚਣਾ। ਹਾਂਜੀ ਸਰ, ਹਾਂਜੀ, ਸੋਰੀ ਸਰ, ਥੈਂਕ ਯੂ। ਕੋਈ ਗੱਲ ਨਹੀਂ, ਉਹ ਕਹਿੰਦੇ ਫੰਕਸ਼ਨ 'ਤੇ ਜਾਣਾ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦਾ ਮੀਂਹ ਵਰਾਇਆ ਜਾ ਰਿਹਾ ਆ ਇੱਥੇ। ਗੱਲਬਾਤ ਕਰਦੇ ਹਾਂ, ਜੋ ਫੁੱਲਾਂ ਦੀ ਵਰਖਾ ਕਰ ਰਹੇ ਨੇ, ਮਾਤਾ ਜੀ ਖੜ੍ਹੇ ਨੇ ਇੱਕ, ਉਹ ਸਵਾਗਤ ਕਰ ਰਹੇ ਨੇ ਕਿਸਾਨਾਂ ਦਾ। ਮਜ਼ਦੂਰ ਏਕਤਾ ਜਿੰਦਾਬਾਦ। ਕੀ ਕਹਿਣਾ ਚਾਹੁੰਦੇ ਹੋ ਫਿਰ ਅੱਜ ਜਿੱਤ ਗਏ? ਅੱਜ ਸਾਡੇ ਇੰਨੇ ਮਨ ਨੂੰ ਖੁਸ਼ੀ ਆ, ਸਾਡੇ ਭੈਣ ਭਰਾ, ਸਾਡੇ ਬਜ਼ੁਰਗ, ਸਾਡੇ ਮਾਂ ਬਾਪ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਜੰਗ ਜਿੱਤ ਕੇ ਆਈਆਂ, ਇਹ ਜੰਗ ਜਿੱਤਿਆ, ਇਹ ਕੋਈ ਖੁਸ਼ੀ ਆ। ਤੇ ਉਸ ਖੁਸ਼ੀ ਦਾ ਇਜ਼ਹਾਰ ਫੁੱਲਾਂ ਦੀ ਵਰਖਾ ਦੇ ਨਾਲ, ਫੁੱਲਾਂ ਦੇ ਮੀਂਹ ਦੇ ਨਾਲ ਕੀਤਾ ਜਾ ਰਿਹਾ ਆ। ਨੌਜਵਾਨ ਵੀ ਫੁੱਲਾਂ ਦੀ ਵਰਖਾ ਕਰ ਰਹੇ ਨੇ। ਕੀ ਕਹਿਣਾ ਚਾਹੁੰਦੇ ਹੋ ਬਾਈ?
ਜਿਸ ਦਿਨ ਦਾ ਉਡੀਕ ਕਰਦੇ ਸੀ 381 ਦਿਨਾਂ ਬਾਅਦ ਪਤਾ ਵੀਰੇ ਸਪੈਸ਼ਲ ਆਏ ਕੈਨੇਡਾ ਤੋਂ ਇਸ ਦਿਨ ਦੀ ਉਡੀਕ ਕਰਦੇ ਕੈਨੇਡਾ ਤੋਂ ਸਪੈਸ਼ਲ ਆਏ ਵੀਰੇ ਅਸੀਂ ਕੰਮ ਖਾਤਰ ਜੀ ਹਾਂਜੀ ਹਾਂਜੀ ਉੱਥੇ ਬਹਿ ਕੇ ਜੋ ਖਬਰਾਂ ਦੇਖਦੇ ਸੀ ਮੈਂ ਕਿਹਾ ਜੀ ਇੱਥੇ ਨਾ ਉਹ ਤਾਂ ਬਾਹਲਾ ਉੱਥੇ ਸੀਗਾ ਜੀ ਜਸ਼ਨ ਜਿੰਨਾ ਇੱਥੇ ਉਹਦੇ ਨਾਲ ਡਬਲ ਮਨਾ ਹੋ ਰਿਹਾ ਜੀ ਉੱਥੇ ਹਾਂਜੀ ਹਾਂਜੀ ਅੱਜ ਕਿਵੇਂ ਮਤਲਬ ਉੱਥੇ ਪਰ ਕੀ ਅੱਜ ਚੱਲ ਰਿਹਾ ਇਸ ਟਾਈਮ ਜੀ ਪੂਰੀ ਇੱਦਾਂ ਹੀ ਚੱਲ ਰਿਹਾ ਜੀ ਉੱਥੇ ਵੀ ਫੁੱਲਾਂ ਦੀ ਬਾਰਕਾ ਸਾਰਾ ਕੁਝ ਇੱਦਾਂ ਹੀ ਹੋ ਰਿਹਾ ਜੀ ਗੱਡੀਆਂ 'ਚ ਡੈੱਕ ਲਾ ਕੇ ਉੱਚੀ ਸਾਰੇ ਜਸ਼ਨ ਮਨਾ ਰਹੇ ਜੀ ਉੱਥੇ ਵੀ ਹਾਂਜੀ ਹਾਂਜੀ ਇੰਟਰਨੈਸ਼ਨਲ ਪ੍ਰੈਸ਼ਰ ਵੀ ਅਸੀਂ ਕਹਿ ਸਕਦੇ ਹਾਂ ਕਿ ਪਿਆ ਸਰਕਾਰਾਂ ਤੇ ਸਿੰਘ ਵਾਲੇ ਵੀ ਆ ਗਏ ਨਾਲ ਤੇਰੇ ਹੋਰ ਕਿਵੇਂ ਹੋ ਬਹੁਤ ਵਧੀਆ ਕਿਰਪਾ ਗੁਰੂ ਸਾਹਿਬ ਦੀ ਸਵੇਰ ਦੇ ਚੱਲੇ ਹੁਣ ਪਹੁੰਚੇ ਹੋ ਸਵੇਰ ਦੇ ਬੱਸ ਹੋ ਗਈ ਸਾਡੀ ਅਸੀਂ 8 ਵਜੇ ਤੇ ਤੁਰੇ ਹਾਂ ਮੈਂ ਉਹੀ ਕਹਿਣਾ ਹੁਣ ਪਹੁੰਚੇ ਹੋ ਅਜਾ ਰਾਹ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਜਿਹੜਾ ਸਵਾਗਤ ਹੋਇਆ ਕਿੰਨਾ ਕੁ ਮਨ ਖੁਸ਼ ਹੁੰਦਾ ਆ ਮਨ ਅਸੀਂ ਜਦੋਂ ਪਹਿਲੇ ਨਾ 12-14 ਕਿਲੋਮੀਟਰ ਬਾਟ ਕੱਢੀਆ ਸਾਡੀਆਂ ਅੱਖਾਂ 'ਚੋਂ ਪਾਣੀ ਆ ਜਾਂਦਾ ਸੀ ਅੱਛਾ ਅਸੀਂ ਇਹ ਸੋਚਦੇ ਸੀ ਵੀ ਸ਼ਾਇਦ ਅਸੀਂ ਇਕੱਲੇ ਬੈਠੇ ਹਾਂ ਉੱਥੇ ਪਰ ਭਾਜੀ ਲੋਕੀ ਇਕੱਲੇ ਨਹੀਂ ਅਸੀਂ ਇਹ 100% ਗੱਲ ਝੂਠ ਆ ਇਕੱਲੇ ਨਹੀਂ ਪੂਰਾ ਆਵਾਮ ਪੂਰੀ ਆਵਾਮ ਸੀ ਪੂਰਾ ਆਵਾਮ ਭਾਜੀ ਧੱਕ ਪਾਤੀ ਲੋਕਾਂ ਨੇ ਜੇ ਮੋਦੀ ਦੀ ਧੌਣ ਭੰਨੀ ਆ ਨਾ ਜਿੱਦਾਂ ਅਸੀਂ ਪਹਿਲਾਂ ਬਾਬਾ ਬਘੇਲ ਸਿੰਘ ਉਹਨਾਂ ਦੇ ਟਾਈਮ ਭੰਨਦੇ ਆਏ ਹਾਂ ਭੰਨੀ ਭਾਵੇਂ ਅਸੀਂ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਾਂਤੀ ਜਿਹੜਾ ਕਿ ਭੰਨੀ ਆ ਭੰਨੀ ਆ ਉਹ ਜ਼ਿੰਦਗੀ 'ਚ ਕਾ ਕੋਈ ਕਾਨੂੰਨ ਬਣਾਊਗਾ ਚੀਜ਼ ਸ਼ਾਂਤੀ ਅਨੁਸ਼ਾਸਨ ਦੇ ਨਾਲ ਜਿੱਤ ਕੇ ਜਿਹੜਾ ਜਿੱਤ ਅਨੁਸ਼ਾਸਨ ਔਰ ਪੂਰੇ ਭਾਰਤ ਦਾ ਉਹਨੂੰ ਲੀਡ ਇਕੱਲਾ ਪੰਜਾਬ ਕਰ ਰਿਹਾ ਸੀ ਉਹਨੂੰ ਸਾਰਾ ਪੰਜਾਬ ਟਿਕਾ ਕੇ ਸਰਦਾਰ ਦੇ ਸਰਦਾਰ ਬਣ ਕੇ ਨਿਕਲਿਆ ਅੱਛਾ ਜੱਸੀ ਉੱਧਰ ਤਸਵੀਰਾਂ ਦੇਖੋ ਬਹੁਤ ਦਿਲਚਸਪ ਰੋਚਕ ਤਸਵੀਰਾਂ ਨੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦੇਵਾਂ ਵੀ ਜਿਹੜਾ ਕੈਮਰੇ ਦੇ ਪਿੱਛੇ ਮੇਰਾ ਸਾਥ ਦੇ ਰਹੇ ਨੇ ਜੱਸੀ ਉਹ ਇਸ ਟਾਈਮ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਇਹ ਤਸਵੀਰਾਂ ਲੈਣ ਦੇ ਵਿੱਚ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਆ ਅਤੇ ਮੁਸ਼ਕਿਲ ਬਹੁਤ ਹੋ ਰਹੀ ਹੈ ਅੱਛਾ ਲੰਗਰ ਛਕਾਇਆ ਜਾ ਰਿਹਾ ਆ ਲੰਗਰ ਵੀ ਛਕਾਇਆ ਜਾ ਰਿਹਾ ਆ ਕਿਉਂਕਿ ਜਾਮ ਹੈ ਅਤੇ ਜਾਮ ਦੇ ਵਿੱਚ ਲੋਕ ਲੇਟ ਵੀ ਹੋ ਜਾਂਦੇ ਨੇ ਜਿਹੜੇ ਕਿਸਾਨ ਨੇ ਉਹ ਦੂਰੋਂ ਚੱਲੇ ਨੇ ਸੋ ਦੇਖ ਸਕਦੇ ਹੋ ਹੱਥਾਂ ਵਿੱਚ ਝੰਡੇ ਤੇ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਰਾਜ ਬਹੁਤ ਖੁਸ਼ੀ ਹੈ ਜੀ ਜਿੱਤ ਹੋ ਗਈ ਪੰਜਾਬ ਦੀ ਜੀ ਦੱਬਦੇ ਨਹੀਂ ਕਦੇ ਵੀ ਨਾ ਦਵੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੋਦੀ ਮਰ ਗਿਆ ਹਾਏ ਹਾਏ ਸੋਏ ਸੋ ਚਲੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸੇ ਭਰਾ ਦਾ ਕਿਸੇ ਯਾਰ ਦੇ ਵਿਆਹ ਦਾ ਇੰਨਾ ਚਾਅ ਸੀਗਾ ਨਾ ਵੀਰੇ ਨੱਚੇ ਨੀ 2 ਘੰਟੇ ਹੋ ਗਏ ਲਗਾਤਾਰ ਨੱਚਦੇ ਨੂੰ ਸੋ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਹਾਂਜੀ ਬਹੁਤ ਜੀ ਬਹੁਤ ਖੁਸ਼ੀ ਅੱਜ ਬਹੁਤ ਵਧੀਆ ਜੋ ਸਰਕਾਰ ਨੇ ਫੈਸਲਾ ਲਿਆ ਨਜ਼ਾਰਾ ਆ ਗਿਆ ਕਸਮ ਨਾਲ ਉਹ ਨਜ਼ਾਰਾ ਆ ਗਿਆ ਇਹ ਤਸਵੀਰਾਂ ਵੇਖ ਕੇ ਰੂਹ ਖੁਸ਼ ਹੁੰਦੀ ਹੈ ਜਦੋਂ ਵਾਹ ਪੂਰਾ ਪੂਰਾ ਭੰਗੜਾ ਪੈ ਰਿਹਾ ਇੱਥੇ ਇਹ ਕਿਰਦਾਰ ਇਹ ਬਣੇ ਨੇ ਇਹ ਸਿੱਖ ਰਹੇ ਨੇ ਇਹ ਨੌਜਵਾਨ ਹਾਂਜੀ ਕੀ ਕਹਿਣਾ ਆ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਖੁਸ਼ੀ ਦਾ ਬਹੁਤ ਮਾਹੌਲ ਹੈ ਬਹੁਤ ਜ਼ਿਆਦਾ ਖੁਸ਼ ਸਾਰਿਆਂ ਨੂੰ ਜੀ ਮਤਲਬ ਕਿ ਬਹੁਤ ਵੱਡੀ ਜਿੱਤ ਹੋਈ ਬਹੁਤ ਅੰਜਾਂ ਨਾਲ ਜੀ ਮਤਲਬ ਸਭ ਦਾ ਮਤਲਬ ਕਿ ਨਾ ਆਨੰਦ ਆ ਗਿਆ ਜੀ ਪੂਰਾ ਆਨੰਦ ਆ ਗਿਆ ਸੋ ਸ਼ਬਦ ਥੋੜ੍ਹੇ ਨੇ ਖੁਸ਼ੀ ਬਹੁਤ ਜ਼ਿਆਦਾ ਆ ਜਿਵੇਂ ਕਿ ਉਹਨਾਂ ਭਰਾਵਾਂ ਦਾ ਕਹਿਣਾ ਸੀ ਇਹਨਾਂ ਨੇ ਸਾਡਾ ਕਿਸਾਨ ਅੰਦੋਲਨ ਇਹਨਾਂ ਨੇ ਫਤਿਹ ਕੀਤਾ ਇਹ ਮੀਡੀਆ ਨੇ ਇਹ ਜਿਹੜਾ ਆਪਣਾ ਹਾਂ ਬਾਜੀ ਬਾਬਾ ਜੀ ਬਹੁਤ ਸੋ ਮੀਡੀਆ ਧੰਨਵਾਦ ਵੀ ਕੀਤਾ ਜਾ ਰਿਹਾ ਆ ਤੇ ਨਾਲ ਦੀ ਨਾਲ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਆ ਜੱਸੀ ਇਹ ਦਿਖਾਈਆਂ ਜਾਣ ਇਹ ਸਵਾਗਤ ਇਸ ਤਰੀਕੇ ਦੇ ਨਾਲ ਕੀਤਾ ਗਿਆ ਸੀ ਫੁੱਲਾਂ ਦੀ ਵਰਖਾ ਇਸੇ ਜਗ੍ਹਾ ਤੇ ਕੀਤੀ ਆ ਜਹਾਜ਼ ਦੇ ਨਾਲ ਇਹ ਸਾਰਾ ਕੁਝ ਕਿਸਾਨਾਂ ਦੇ ਉੱਪਰ ਦੀ ਕਿਸਾਨ ਆਗੂਆਂ ਦੇ ਕਿਸਾਨਾਂ ਦੇ ਜੋ ਹਾਂਜੀ ਨੱਚਦੇ ਕੀ ਫੁੱਲ ਤਰ ਆਇਆ ਫਿਰ ਫੁੱਲ
ਜੱਫੀ ਪਾਣੇ ਨੇ ਵੀ ਇਹਦਾ ਅੱਗੇ ਅੱਗੇ ਵਜਨ ਨੂੰ ਜਾਂਦਾ ਹੈ ਹਾਂ ਰੋਜ਼ਾਨਾ ਸਪੋਕਸਮੈਨ ਜੀ ਬਸ ਨਜ਼ਾਰੇ ਲੈ ਰਹੇ ਨਜ਼ਾਰੇ ਲੈ ਰਹੇ ਸਾਰੇ ਨਜ਼ਾਰੇ ਲੈ ਰਹੇ ਨੇ ਛਾਲਾ ਚਕਵਾ ਦੀ ਛਾਲਾ ਮੋਦੀ ਕੀ ਛਾਲਾ ਚਕਵਾ ਦੀ ਸੋ ਨਜ਼ਾਰੇ ਲੈ ਰਹੇ ਨੇ ਇੰਜੋਏ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਬ੍ਰਦਰ ਇੱਥੇ ਅੱਜ ਇਸ ਸਮੇਂ ਤੇ ਕਦੇ ਸੜਕਾਂ ਰੋਕਦੇ ਸੀ ਇਸ ਜਗ੍ਹਾ ਤੇ ਧਰਨੇ ਲਾਉਂਦੇ ਸੀ ਅੱਜ ਇਸੇ ਜਗ੍ਹਾ ਤੇ ਭੰਗੜੇ ਪੈ ਰਹੇ ਆ ਬਾਬਾ ਇੰਨਾ ਲੋਕਾਂ 'ਚ ਖੁਸ਼ੀ ਆ ਕਿੱਡੀ ਵੱਡੀ ਜਿੱਤ ਆ ਇਹ ਤੋਂ ਦੇਖ ਕੇ ਪਤਾ ਲੱਗੀ ਜਾਂਦਾ ਆਪਾਂ ਨੂੰ ਹਰ ਇੱਕ ਬੰਦਾ ਖੁਸ਼ ਆ ਅਸੀਂ ਗੱਡੀ ਤੋਰਦੇ ਆ 10 ਮਿੰਟ ਗੱਡੀ ਨਹੀਂ ਤੋਰਦੀ ਮੋਰੇ ਹੱਥ ਜੋੜ ਕੇ ਕਰ ਦਿੰਦੇ ਨਹੀਂ ਸਾਡੇ ਨਾਲ ਭੰਗੜਾ ਹੀ ਪਾ ਜਾਓ ਖਾਣਾ ਨਹੀਂ ਨਾ ਕੁਝ ਕਹਿੰਦੇ ਭੰਗੜਾ ਹੀ ਪਾ ਲਓ ਅਸੀਂ ਭੰਗੜਾ ਹੀ ਪਾਉਣਾ ਤੁਹਾਡੇ ਕੋਲ ਲੈ ਲਓ ਜੀ ਕਲਾਕਾਰ ਦਿਖਾ ਦਿੰਦੇ ਆ ਜਾਓ ਜੱਸੀ ਕਲਾਕਾਰ ਦਿਖਾ ਦਈਏ ਬਾਈ ਕਹਿੰਦੇ ਮੁੰਡੇ ਕਹਿੰਦੇ ਕਲਾਕਾਰ ਲਾਇਆ ਉਚੇਚੇ ਤੌਰ ਤੇ ਸ਼ੰਭੂ ਬੈਰੀਅਰ ਤੇ ਕਿਸਾਨਾਂ ਦੇ ਸਵਾਗਤ ਲਈ ਕਲਾਕਾਰਾਂ ਦਾ ਅਖਾੜਾ ਇੱਥੇ ਅੰਦਰ ਜਾ ਕੇ ਗੱਲ ਬਾਤ ਅਸੀਂ ਅੰਦਰ ਚੱਲ ਕੇ ਵੇਖਦੇ ਹਾਂ ਵੀ ਕੋਸ਼ਿਸ਼ ਅੱਛਾ ਇੱਕ ਮੁੰਡਾ ਇੱਕ ਯੋਧਾ ਇੱਕ ਨੌਜਵਾਨ ਮਿਲਾਉਣਾ ਆ ਜਿਸ ਨੇ ਸ਼ਾਇਦ ਇਸ ਅੰਦੋਲਨ 'ਚ ਹੌਸਲਾ ਇਹ ਦਿਖਾਇਆ ਕਿ ਨੰਗੇ ਪੈਰੀ ਰਿਹਾ ਅਤੇ ਵਿਸ਼ੇਸ਼ ਸਨਮਾਨ ਹੋਇਆ ਜੀ ਜੁੱਤੀਆਂ ਪਾਈਆਂ ਗਈਆਂ ਕਿੰਨਾ ਕੁ ਔਖਾ ਲੱਗਿਆ ਪਿੰਡਾ ਦੇਖੋ ਜੀ ਔਖਾ ਨਹੀਂ ਇਸ ਤੋਂ ਮੈਨੂੰ ਹੌਸਲਾ ਬਹੁਤ ਮਿਲਿਆ ਅਤੇ ਪਿੰਡ ਵਾਲਿਆਂ ਨੂੰ ਵੀ ਹੌਸਲਾ ਮਿਲਿਆ ਅਤੇ ਹੋਰ ਜਿਹੜੇ ਮੇਰੇ ਮਿੱਤਰ ਭਰਾ ਸੀ ਉਹਨਾਂ ਨੂੰ ਵੀ ਹੌਸਲਾ ਮਿਲਿਆ ਅਤੇ ਹੁਣ ਜਿੱਤ ਹੋਈ ਆ ਖੁਸ਼ੀ ਵੀ ਉਦੋਂ ਜ਼ਿਆਦਾ ਹੋਈ ਆ ਜਿੱਤ ਹੋਈ ਆ